ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਸ਼੍ਰੀਮਤੀ ਚਰਨ ਕੌਰ ਜੀ, ਸ਼੍ਰੀਮਤੀ ਚਰਨ ਕੌਰ ਜੀ ਇੱਕ ਬਹੁਤ ਹੀ ਚੰਗੀ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰਾਂ ਦਾ ਧਾਰਨੀ ਇਨਸਾਨ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਸਮਾਜ ਵਿੱਚ ਨਾਮਨਾ ਖੱਟ ਰਹੇ ਹਨ ਅਤੇ ਆਪਣੀ ਮਾਤਾ ਜੀ ਦੇ ਪਾਏ ਪੋਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ। ਸ਼੍ਰੀਮਤੀ ਚਰਨ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਨਾਜ ਮੰਡੀ ਖਰੜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿੱਥੇ ਤੱਕ ਪਰਿਵਾਰ ਦਾ ਸਵਾਗਤ ਹੈ, ਅਰਵਿੰਦਰ ਸਿੰਘ ਮਾਵੀ ਇਸ ਸਮੇਂ ਦੇ ਵਿੱਚ ਆਪਣੇ ਫਰਜ਼ ਤੋਂ ਪੂਰੇ ਪ੍ਰਭਾਵ ਨੂੰ ਜਾਣਕਾਰ ਹੈ। ਇਸ ਇਲਾਕੇ ਦੇ ਵਿੱਚ ਜਿਹੜੇ ਉਹਨਾਂ ਨੇ ਪੰਚਾਇਤਾਂ ਦੇ ਪ੍ਰਧਾਨ ਬਣ ਕਰਕੇ ਲੋਕਾਂ ਨੂੰ ਉਤਸ਼ਾਹ ਦਿੱਤਾ, ਲੋਕਾਂ ਨੂੰ ਕਮੀਆਂ ਪੇਸ਼ੀਆਂ ਤੋਂ ਕਾਇਮ ਕੀਤਾ, ਉਹਦਾ ਵੀ ਇੱਕ ਬੜਾ ਉਪਰਾਲਾ ਸੀ। ਜਦੋਂ ਇਹਨਾਂ ਦਾ ਕੋਈ ਹੋਰ ਉਪਰਾਲਾ ਹੋਇਆ, ਉਦੋਂ ਵੀ ਇਹਨਾਂ ਨੇ ਆਪਣੇ ਫਰਜ਼ ਨੂੰ ਪਛਾਣਿਆ। ਇਹਨਾਂ ਦਾ ਨਿਸ਼ਾਨਾ ਇਹ ਸੀ ਇਹ ਇਲਾਕੇ ਦੀ ਸੇਵਾ ਇਲਾਕੇ ਦੇ ਵਿੱਚ ਰਹਿ ਜਾਏ, ਤਾਂ ਉਦੋਂ ਵੀ ਇਹਨਾਂ ਨੇ ਆਪਣਾ ਪੂਰਾ ਵਾਹ ਲਾਇਆ। ਇਸ ਗੱਲੋਂ ਇਲਾਕੇ ਨੂੰ ਧੰਨਵਾਦੀ ਵੀ ਹੋਣਾ ਚਾਹੀਦਾ, ਮਾਤਾ ਜੀ ਇੱਕ ਇਸ ਤਰ੍ਹਾਂ ਦਾ ਸਮਰਥ ਤੁਹਾਡੇ ਇਲਾਕੇ ਨੂੰ ਦੇ ਕੇ ਗਏ ਨੇ। ਆਮ ਤੌਰ 'ਤੇ ਜਦੋਂ ਕੋਈ ਉਪਰਾਲਾ ਹੁੰਦਾ ਹੈ, ਕੋਈ ਬਖਸ਼ ਹੁੰਦੀ ਹੈ, ਹਰ ਇਨਸਾਨ ਆਪਣੇ ਪੱਲੇ ਪਾਉਣ ਦੀ ਕੋਸ਼ਿਸ਼ ਕਰਦਾ, ਅਤੇ ਜਿਹਦੇ ਵਿੱਚ ਇਹ ਵਾਅਦਾ ਹੋਏ ਕਿ ਮੈਂ ਇਹਨਾਂ ਕੋਈ ਹੋਰ ਨਹੀਂ, ਕੋਈ ਗੱਲ ਨਹੀਂ, ਸਾਰੇ ਆਪਾਂ ਇੱਕ ਇਲਾਕੇ ਦੇ ਭਰਾ ਹੈ। ਜਿੱਥੇ ਤੱਕ ਸਰਦਾਰ ਹਰਮਿੰਦਰ ਸਿੰਘ ਜੀ ਮਾਵੀ ਦਾ ਸਵਾਲ ਹੈ, ਉਹਨਾਂ ਨੂੰ ਬੜਾ ਲੰਬਾ ਸਮਾਂ ਤੋਂ, ਕਿਉਂਕਿ ਮੈਂ ਵੀ ਸੰਨ 1998 'ਚ ਸਰਪੰਚ ਬਣਿਆ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਇਹਨਾਂ ਦੀਆਂ ਸੇਵਾਵਾਂ ਦੇਖਦਾ, ਭਾਵੇਂ ਇਹਨਾਂ ਨੇ ਪੰਜਾਬ ਯੂਨੀਅਨ ਦੇ ਪੰਚਾਇਤ ਜਿਵੇਂ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ
ਭਾਵੇਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਜੋ ਇਹਨਾਂ ਨੇ ਥਾਂ ਸੇਵਾ ਕਰੀ ਹੈ ਉਹ ਨਿਰੰਤਰ 15-20 ਸਾਲਾਂ ਤੋਂ ਚਾਲੂ ਹੈ। ਪਰ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਇਹਨਾਂ ਨੇ ਜੋ ਇਲਾਕੇ ਦੇ ਸਰਪੰਚਾਂ ਨੇ ਭਾਵੇਂ ਇਹਨਾਂ ਨੂੰ ਕਿਤੇ ਵੀ ਯਾਦ ਕੀਤਾ, ਸੋ ਸਦਾ ਇਹਨਾਂ ਨੇ ਉਹਨਾਂ ਦੇ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ। ਉਹ ਮਾਤਾ ਜਿਹੜੀ ਹਮੇਸ਼ਾ ਆਪਣੇ ਪਰਿਵਾਰ ਨੂੰ ਹੱਕ ਅਤੇ ਸੱਚ ਵਿੱਚ ਖੜ੍ਹਨ ਦੇ ਸੇਧ ਦਿੰਦੀ ਹੈ, ਉਹ ਮਾਤਾ ਦੀਆਂ ਜਬਰ ਅਤੇ ਜ਼ੁਲਮ ਵਿਰੁੱਧ ਖੜ੍ਹਨ ਲਈ ਆਪਣੇ ਪਰਿਵਾਰ ਨੂੰ ਮੌਕਾ ਦਿੱਤਾ ਹੈ ਅਤੇ ਪਰਿਵਾਰ ਨੂੰ ਮੁੜਤੀ ਦਿੱਤੀ ਹੈ। ਉਹਨਾਂ ਸਰਾਮ ਮਾਵੀ ਜੀ ਜਿਹੜੇ ਕਿ ਬਤੌਰ ਪੰਚਾਇਤ ਯੂਨੀਅਨ ਦੇ ਪ੍ਰਧਾਨ ਸੇਵਾ ਕਰ ਰਹੇ ਨੇ ਅਤੇ ਇਲਾਕੇ ਵਿੱਚ ਇੱਕ ਚੰਗੇ ਇਨਸਾਨ ਦੇ ਤੌਰ 'ਤੇ ਵਿਚਰ ਰਹੇ ਨੇ। ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੁੱਚੇ ਇਲਾਕੇ ਵਿੱਚ ਮਾਵੀ ਸਾਹਿਬ ਦਾ ਕਿੰਨਾ ਸਤਿਕਾਰ ਹੈ, ਇਸ ਪਰਿਵਾਰ ਦਾ ਕਿੰਨਾ ਸਤਿਕਾਰ ਹੈ। ਅੱਜ ਮੇਰੇ ਉਪਰਾਲ ਦੇ ਪੈਣਾ ਮਾਂ ਦੇ ਪਿਆਰ ਤੋਂ ਸਦਾ ਨਹੀਂ ਬੰਦੇ ਹੋ ਗਏ ਨੇ। ਮਾਂ ਦਾ ਵਿਛੋੜਾ ਇੱਕ ਵੱਡਾ ਖਲਾਅ ਪੈਦਾ ਕਰ ਦਿੰਦਾ ਔਰ ਇਹ ਖਲਾਅ ਨੂੰ ਜ਼ਿੰਦਗੀ ਲਈ ਪੂਰਾ ਕਰਨਾ ਬੜਾ ਔਖਾ। ਮਾਤਾ ਦਾ ਦਰਜਾ ਸਮਾਜ ਵਿੱਚ ਬਹੁਤ ਉੱਚਾ, ਭਾਵੇਂ ਕੋਈ ਕਿਸੇ ਅਹੁਦੇ 'ਤੇ ਬੈਠਾ, ਭਾਵੇਂ ਕੋਈ ਮੈਨੂੰ ਗੁਰੂ ਆ, ਪੀਰ ਆ, ਪੈਗੰਬਰ ਆ, ਮਾਤਾ ਦਾ ਦੇਣ ਦਿੱਤਾ ਨਹੀਂ ਜਾ ਸਕਦਾ। ਮਾਂ ਦੇ ਵਿਖਾਏ ਬਹੁਤ ਬੋਲਿਆ ਜਾ ਸਕਦਾ ਪਰੰਤੂ ਸਮੇਂ ਦੀ ਘਾਟ ਆ। ਭਾਵੇਂ ਕਿ ਮੈਂ ਮਾਤਾ ਜੀ ਨੂੰ ਕਦੇ ਮਿਲਿਆ ਤਾਂ ਨਹੀਂ ਪਰ ਮਾਤਾ ਜੀ ਦਾ ਸੁਭਾਅ ਉਹਨਾਂ ਦੇ ਬੱਚਿਆਂ ਦੇ ਕੀਤੇ ਨੇਕ ਕੰਮਾਂ 'ਚੋਂ, ਉਹਨਾਂ ਦੀ ਫੁਲਵਾੜੀ ਵੱਲੋਂ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ 'ਚੋਂ ਪਤਾ ਲੱਗ ਰਿਹਾ ਕਿ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਕਿੰਨੇ ਵਧੀਆ ਗੁਣ ਦਿੱਤੇ ਕਿ ਅੱਜ ਪੰਜਾਬ ਦੇ ਅੰਦਰ ਉਹਨਾਂ ਦੇ ਮਹਾਨ ਸਪੁੱਤਰ ਸਰਦਾਰ ਹਰਮਿੰਦਰ ਸਿੰਘ ਜੀ ਦਾ ਪੂਰੇ ਪੰਜਾਬ ਦੇ ਅੰਦਰ ਨਾਮ। ਸਤਿਗੁਰੂ ਜੀ ਕਹਿੰਦੇ ਆ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਸਭ ਤੋਂ ਪਹਿਲਾਂ ਇਨਸਾਨ ਦਾ ਗੁਰੂ ਜੋ ਹੈ ਇਹ ਮਾਤਾ ਪਿਤਾ ਨੇ, ਉਹਦੇ ਵਿੱਚ ਬੇਖੂਬੀ ਸੇਵਾ ਸਾਡੇ ਮਾਵੀ ਸਾਹਿਬ ਜੋ ਪਰਿਵਾਰ ਹੈ ਸੁੱਚੇ ਪਰਿਵਾਰ ਨੇ ਮਾਤਾ ਪਿਤਾ ਦੀ ਕੀਤੀ ਹੈ, ਪੂਜਾ ਕੀਤੀ ਹੈ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਫਰਜ਼ ਬਣਦਾ ਸੀ ਜੋ ਗੁੜਤੀ ਦਿੱਤੀ ਹੈ ਉਹ ਅੱਜ ਦੇਖਦੇ ਹੋ ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਦੇ ਵਿੱਚ ਨਹੀਂ, ਬਾਹਰਲੇ ਦੇਸ਼ਾਂ ਵਿੱਚ ਵੀ ਜਿੱਥੇ ਕਿਤੇ ਹੱਕ ਅਤੇ ਸੱਚ ਦੀ ਗੱਲ ਚੱਲਦੀ ਹੈ। ਹੱਕ ਅਤੇ ਸੱਚ ਵਾਸਤੇ ਕੀ ਕਰਨਾ ਚਾਹੀਦਾ ਇਨਸਾਨ ਨੂੰ, ਕਿਸ ਮਕਸਦ ਲਈ ਤੁਸੀਂ ਇਸ ਦੁਨੀਆਂ ਦੇ ਉੱਤੇ ਪੈਦਾ ਹੋਏ ਹੋ, ਕਿਸ ਲਈ ਆਏ ਹੈ, ਉਹ ਮਕਸਦ ਉਹਨਾਂ ਦਾ ਪੁੱਤਰ ਵੇਖਾਓ ਨਿਡਰਤਾ ਨਾਲ ਹੱਕ ਸੱਚ ਦੀ ਲੜਾਈ ਲਈ ਪਹਿਰਾ ਦੇ ਰਿਹਾ। ਪੰਚਾਇਤ ਯੂਨੀਅਨ ਨੂੰ ਪੂਰੇ ਭਾਰਤ ਦੇ ਵਿੱਚ ਹਲੇ ਕਿਤੇ ਵੀ ਕਿਸੇ ਸਟੇਟ ਦੇ ਵਿੱਚ ਨਹੀਂ ਸ਼ੁਰੂ ਹੋਈ ਸੀ, ਜਦੋਂ ਪੰਜਾਬ ਦੇ ਵਿੱਚ ਸਰਪੰਚਾਂ ਪੰਚਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਣ ਲਈ ਸਰਦਾਰ ਹਰਮਿੰਦਰ ਸਿੰਘ ਜੀ ਮਾਵੀ ਸਾਹਿਬ ਨੇ ਆਪਣਾ ਯੋਗਦਾਨ ਪਾਇਆ। ਮਾਤਾ ਜੀ ਦੀ ਸਿੱਖਿਆ ਦਾ ਇੱਥੋਂ ਹੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਇੱਕ ਅਜਿਹੇ ਨਿਰਧੜਕ ਯੋਧੇ ਅਤੇ ਨਾ ਥੱਕਣ ਵਾਲੇ ਪੁੱਤਰ ਨੂੰ ਜਨਮ ਦੇ ਕੇ ਸਾਡੇ ਇਸ ਅੱਜ ਦੇ ਯੁੱਗ ਦੇ ਸਮਾਜ ਦੇ ਵਿੱਚ ਨਾਇਨਸਾਫੀ ਦੇ ਖਿਲਾਫ ਨਿਡਰਤਾ ਨਾਲ ਬੋਲਣ ਵਾਲੇ ਸਰਦਾਰ ਮਾਵੀ ਜੀ ਨੂੰ ਪੰਜਾਬ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਕਿ ਉਹ ਪੰਜਾਬ ਦੀ ਸੇਵਾ ਕਰਨ। ਮੈਂ ਸਮਝਦਾ ਮਾਤਾ ਚਰਨ ਕੌਰ ਜੀ ਇਕੱਲੇ ਹਰਮਿੰਦਰ ਸਿੰਘ ਜਾਂ ਜਗਤਾਰ ਸਿੰਘ ਜਾਂ ਅਵਤਾਰ ਸਿੰਘ ਦੇ ਮਾਤਾ ਜੀ ਨਹੀਂ ਸੀ, ਉਹ ਸਮੁੱਚੇ ਪੰਜਾਬ ਦੇ ਮਾਤਾ ਜੀ ਸੀ, ਕਿਉਂਕਿ ਉਹਨਾਂ ਨੇ ਇਹੋ ਜਿਹਾ ਸਾਨੂੰ ਹੀਰਾ ਦਿੱਤਾ, ਇਹੋ ਜਿਹਾ ਲਾਲ ਪੈਦਾ ਕੀਤਾ ਜਿਸ ਨੇ ਲੋਕ ਪੱਖੀ ਲੜਾਈਆਂ ਲੜੀਆਂ ਤੇ ਅਗਾਂਹ ਵੱਧ ਕੇ ਲੜੀਆਂ। ਇਸ ਤੋਂ ਬਿਨਾਂ ਜਿਹੜਾ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਪੈਂਦਾ ਕਿ ਮਾਤਾ ਦਾ ਰਿਸ਼ਤਾ ਜਿਹੜਾ ਮਾਂ ਦਾ ਰਿਸ਼ਤਾ ਬਹੁਤ ਹੀ ਅਹਿਮ ਰਿਸ਼ਤਾ ਹੁੰਦਾ। ਕਹਿੰਦੇ ਆ, ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਮੇਰੇ ਬੜੀ ਯਾਦ ਆਉਂਦੀ ਆ, ਉਹਨਾਂ ਦੀ ਲਿਖੀ ਹੋਈ ਕਵਿਤਾ ਵੀ, ਮਾਂ ਜਿਹਾ ਘਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ। ਕਹਿੰਦਾ ਰੱਬ ਨੇ ਵੀ ਪਰਮਾਤਮਾ ਨੇ ਵੀ ਉਹਨਾਂ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ। ਮਾਂ ਜਿੱਥੇ ਇੱਕ ਗੁਰੂ ਵੀ ਹੈ ਉੱਥੇ ਇੱਕ ਟੀਚਰ ਵੀ ਹੈ, ਉੱਥੋਂ ਹੀ ਸਿੱਖਿਆ ਪ੍ਰਾਪਤ, ਮੁੱਢਲੀ ਸਿੱਖਿਆ ਪ੍ਰਾਪਤ ਪਹਿਲਾਂ ਮਾਂ ਤੋਂ ਹੀ ਹੁੰਦੀ ਹੈ। ਸੋ ਮੈਂ ਜਿੰਨੇ ਵੀ ਮੇਰੇ ਭਰਾ ਵੱਖ ਵੱਖ ਜਥੇਬੰਦੀਆਂ ਤੋਂ ਆਗੂ ਸਾਹਿਬਾਂ ਅਤੇ ਮੇਰੀਆਂ ਭੈਣਾਂ ਮਾਤਾਵਾਂ
ਤੇ ਹੋਰ ਦੋਸਤ ਮਿੱਤਰ ਅੱਜ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹਾਂ। ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ,